कैनेडा पीआर दे चाहवाना दे लई वड्डी खुशखबरी या फिर असीं इह वी कह सकते हैं कि कैनेडा पीआर दे चाहवाना दे लई वड्डी इमीग्रेशन अपडेट सामने आई है। अते नवीं अपडेट यह है कि कैनेडा दे इमीग्रेशन विभाग दे वल्लों साल 2022 दे पहले महीने दे दौरान दूसरा एक्सप्रैस एंट्री ड्रा ऐलानिया गया है। वड्डी गिणती दे विच उम्मीदवारां नूं सद्दे भेजे गए हन कि वह कैनेडा दी पीआर दे लई अप्लाई करन। अते हुण कैनेडा दे इमीग्रेशन विभाग दे वल्लों जो नवा एक्सप्रैस एंट्री ड्रा ऐलानिया गया है, यह ड्रा 19 जनवरी नूं ऐलानिया गया है। ਅਤੇ ਨਾਲ ਹੀ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਅਧੀਨ 1036 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ ਪੀਆਰ ਲਈ ਅਪਲਾਈ ਕਰਨ ਅਤੇ CRS ਸਕੋਰ 745 ਰਿਹਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਾਲ 2022 ਦਾ ਜੋ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਐਲਾਨਿਆ ਗਿਆ ਸੀ ਉਸ ਡਰਾਅ ਦੇ ਵਿੱਚ 392 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਸਨ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਅਤੇ CRS ਸਕੋਰ 808 ਰਿਹਾ ਸੀ। ਅਤੇ ਹੁਣ ਜੋ 19 ਜਨਵਰੀ ਨੂੰ ਸਾਲ 2022 ਦੇ ਦੌਰਾਨ ਦੂਸਰਾ ਐਕਸਪ੍ਰੈਸ ਐਂਟਰੀ ਡਰਾਅ ਐਲਾਨਿਆ ਗਿਆ ਹੈ ਇਸ ਦੇ ਤਹਿਤ 1036 PNP ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਹੈ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਅਤੇ CRS ਸਕੋਰ 745 ਰਿਹਾ। ਸਾਲ 2022 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਤੱਕ 1428 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਹੈ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ। ਅਤੇ ਇੱਥੇ ਜੇਕਰ ਅਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਲਈ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਬਾਰੇ ਗੱਲ ਕਰੀਏ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2021 ਦੇ ਆਖਰੀ ਕੁਝ ਮਹੀਨਿਆਂ ਤੋਂ ਸਿਰਫ PNP ਕੈਂਡੀਡੇਟਸ ਨੂੰ ਹੀ ਐਕਸਪ੍ਰੈਸ ਐਂਟਰੀ ਡਰਾਅ ਦੇ ਜ਼ਰੀਏ ਇਨਵਾਈਟ ਕੀਤਾ ਜਾ ਰਿਹਾ ਹੈ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਲਈ ਕੋਈ ਵੀ ਐਕਸਪ੍ਰੈਸ ਐਂਟਰੀ ਡਰਾਅ ਨਹੀਂ ਕੱਢਿਆ ਜਾ ਰਿਹਾ। ਅਤੇ ਇਸ ਕਾਰਨ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਵੱਲੋਂ ਬੇਸਬਰੀ ਦੇ ਨਾਲ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਤੇ ਇਹ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਦੌਰਾਨ ਹੀ ਪਤਾ ਚੱਲੇਗਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਦੋਂ ਸਾਲ 2022 ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਦੇ ਲਈ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਐਲਾਨਿਆ ਜਾਂਦਾ ਹੈ। ਬਿਊਰੋ ਰਿਪੋਰਟ, ਖਬਰ ਪੰਜਾਬੀ।